YouTube फैमिली उम्मीद कर दिया तो दिखा लिया था लोग गए तो देखा मैं YouTube चैनल आमिर सादिक में तो आते जीते रहो सलाहते रहो आते रहो शांत रहो तो मिशा बात रहो अरे तो सरकार परेशानियां लग गए मेरे सर के दूर आए मेरे को क्या कहते कर बात पर बारे आप ही सो मामी तो जब मेरे पे भाई मैं जाते नहीं होने अगर सब्सक्राइब नहीं करता चैनल सब्सक्राइब कर बेल आइकन बटन दबाना तो हर वीडियो बाहर साड़ी ना मेरे प्यारे बहन भाई तक पहुंच सके थैंक गाइस गर्मी तो बहुत चलो बाहर लेके चलते हां जी गाइस चलो आप चलने आज कनक वर्डन ठीक हो गया गर्मी से बेहद बहुत ज्यादा हुआ ठीक हो गया माशाल्लाह मकई देखो ਚੰਦ ਦਿਨਾਂ 'ਚ ਪਤਾ ਨਹੀਂ ਚੱਲਿਆ ਇੰਨੀ ਮਾਸ਼ਾਲਾ ਵੱਡੀ ਹੋ ਗਈ ਫਿਰ ਗਰਮੀ ਦੇ ਤਾਂ ਫਿਰ ਖੀਰ ਹੋ ਗਿਆ ਠੀਕ ਹੋ ਗਿਆ ਚਲੋ ਖੈਰ ਹੁਣ ਆਪਾਂ ਚੱਲਦੇ ਹਾਂ ਆਪਣੇ ਕੰਮ ਵੱਲ ਹਾਂਜੀ ਗਾਇਸ ਆਪਾਂ ਜਿੱਥੋਂ ਕਹਿਣਾ ਕੱਢਣੀ ਆ ਹੱਥ ਲੱਗਾ ਪਹਿਲੇ ਤਾਂ ਮੈਂ ਕਿਹਾ ਚਲੋ ਆਪਾਂ ਦੋ ਕੱਢ ਲੈਂਦੇ ਹਾਂ ਅਤੇ ਵੀਰਾਂ ਨਾਲ ਸ਼ੇਅਰ ਕਰ ਲੈਂਦੇ ਹਾਂ ਦੇਖੋ ਸੁੱਕ ਗਿਆ ਠੀਕ ਹੋ ਗਿਆ ਹੁਣ ਇਹਨੇ ਹੱਥ ਲੱਗ ਚੁੱਕਾ ਵਾ ਤੇਲਾ ਮੈਂ ਜਿਨ੍ਹਾਂ ਦੀ ਹੈਗੀ ਬਰਕਤ ਪਾ ਠੀਕ ਹੋ ਗਿਆ ਚਲੋ ਖੈਰ ਹੁਣ ਆਪਾਂ ਦੇਖੋ ਅੱਗੇ ਦੇਖੋ ਕਿੰਨੀ ਜ਼ਿਆਦਾ ਵੱਡੀ ਹੋਈ ਆ ਠੀਕ ਹੋ ਗਿਆ ਹਾਂਜੀ ਗਾਇਸ ਬਹੁਤ ਗਰਮੀ ਆ ਉਹਨਾਂ ਦੇ ਸਬਰ ਆ ਜਿਨ੍ਹਾਂ ਦੀ ਹੈਗੀ ਆ ਜਿਹੜੇ ਵੱਢ ਰਹੇ ਠੀਕ ਹੋ ਗਏ ਇੰਨੀ ਗਰਮੀ 'ਚ ਮੇਰੀ ਤਾਂ ਉਹਨਾਂ ਬਸ ਹੋ ਗਈ ਮੈਂ ਕਿਹਾ ਚਲੋ ਹੁਣ ਵੱਢਦੇ ਹਾਂ ਜਿਹੜਾ ਕੰਮ ਕਰਨਾ ਹੁਣ ਉਹ ਤਾਂ ਕਰਨਾ ਹੀ ਆ ਹਾਂਜੀ ਗਾਇਸ ਜਿੰਨੀ ਕੁ ਆਪਾਂ ਨੇ ਵੜਨੇ ਸੀ ਵੜ ਲਏ ਠੀਕ ਹੋ ਗਿਆ ਅਤੇ ਚਲੋ ਗਾਂਹ ਚੱਲ ਕੇ ਤੁਹਾਨੂੰ ਥੋੜ੍ਹੀ ਮਤਲਬ ਮਾਂ 'ਚ ਦੱਸਦਾ ਇਹਨਾਂ ਦੀ ਤੁਹਾਨੂੰ ਪਤਾ ਬਾਰਿਸ਼ਾਂ ਆ ਰਹੀਆਂ ਵਾ ਅਤੇ ਬਾਰਿਸ਼ਾਂ ਦੀ ਵਜ੍ਹਾ ਤੋਂ ਕਾਫੀ ਨੁਕਸਾਨ ਹੋ ਰਿਹਾ ਵਾ ਠੀਕ ਹੋ ਗਿਆ ਦੇਖੋ ਜਿਹੜੀਆਂ ਵੱਡੀਆਂ ਫਿਰ ਵੀ ਮਾਸ਼ਾਅੱਲਾ ਠੀਕ ਆ ਅੱਲਾ ਮੈਂ ਹੋਰ ਬਰਕਤ ਪਾਈ ਇਹਦੇ 'ਚ ਇਹਨਾਂ ਅਤੇ ਜਿਹੜੀਆਂ ਵੱਡੇ ਨਾਲ ਨਹੀਂ ਪਈ ਆ ਇਹਨਾਂ 'ਚ ਬਰਕਤ ਪਾਈ ਠੀਕ ਹੋ ਗਿਆ ਬਾਰਿਸ਼ਾਂ ਦੀ ਵਜ੍ਹਾ ਤੋਂ ਕਾਫੀ ਨੁਕਸਾਨ ਹੋ ਗਿਆ ਵਾ ਨੁਕਸਾਨ ਕੀ ਹੋਇਆ ਇਹ ਵੀ ਤੁਹਾਨੂੰ ਚੱਲ ਕੇ ਦਿਖਾਉਂਦੇ ਹਾਂਜੀ ਗਾਇਸ ਦੇਖੋ ਬਾਰਿਸ਼ਾਂ ਵਗੈਰਾ ਸ਼ੁਰੂ ਹੋਈਆਂ ਸੀ ਤਾਂ ਕਾਫੀ ਨੁਕਸਾਨ ਹੋ ਗਿਆ ਵਾ ਦੇਖੋ ਠੀਕ ਹੋ ਗਿਆ ਅਤੇ ਗੰਦਮ ਚਾਰੇ ਜਿਨ੍ਹਾਂ ਦੀ ਹੈਗੀ ਆ ਬਹੁਤ ਹੀ ਇਹਨਾਂ 'ਤੇ ਮਿਹਨਤ ਬਹੁਤ ਹੀ ਖਰਚਾ ਵਗੈਰਾ ਹੋਇਆ ਵਾ ਠੀਕ ਹੋ ਗਿਆ ਅਤੇ ਦੇਖੋ ਬਾਰਿਸ਼ ਪੈ ਜ਼ਮੀਨ ਇੱਦਾਂ ਮਿੱਟੀ ਗਲ ਗਈ ਠੀਕ ਹੋ ਗਿਆ ਅਤੇ ਦੇਖੋ ਕਣਕ ਬਲੈਕ ਕਾਲੀ ਛਾਂ ਜਿੱਦਾਂ ਹੁੰਦੀ ਨਾ ਉੱਦਾਂ ਹੋ ਗਈ ਆ
ਤੇ ਚਾ ਖੈਰ ਅੱਲਾ ਬਰਕਤ ਪਾਏ ਤੇ ਹੁਣ ਨਾ ਸਾਡੇ ਕੋਲ ਅਚਾਨਕ ਹੀ ਬੱਦਲ ਹੋ ਗਿਆ ਵਾ, ਠੀਕ ਹੋ ਗਿਆ ਬਸ ਅੱਲਾ ਗਿਆ ਖੁਦਵਾ ਵਾ ਅੱਲਾ ਬਾਰਿਸ਼ ਨਾ ਆਏ, ਠੀਕ ਹੋ ਗਿਆ। ਵੈਸੇ ਅੱਲਾ ਦੀ ਰਹਿਮਤ ਆਪਾਂ ਕੌਣ ਹੁੰਦੇ ਹਾਂ ਲੋਕਾਂ ਨਾਲ, ਠੀਕ ਹੋ ਗਿਆ। ਅੱਛਾ ਖੈਰ ਤੇ ਬਸ ਆਖੋ ਦੁਆ ਕਿ ਬਾਰਿਸ਼ ਨਾ ਹੋਏ, ਜਿਨ੍ਹਾਂ ਦੀ ਹੈਗੀ ਆ ਗੰਨਾ ਵਗੈਰਾ ਚੁੱਕ ਲੈਣ, ਫਿਰ ਯਾ ਅੱਲਾ ਮੈਂ ਤੁਹਾਨੂੰ ਆਪਦੀ ਰਹਿਮਤ ਵਸਾਈ ਰੱਖੀ। ਆ ਦੇਖੋ ਹੁੱਕਾ ਰੂਮ ਕੀ ਹੁੰਦਾ ਸਾਡੇ। ਹਾਂਜੀ ਗਾਇਸ, ਆਪਾਂ ਤੁਹਾਨੂੰ ਕਣਕਾਂ ਵਗੈਰਾ ਦਾ ਵਿਜ਼ਿਟ ਕਰਾ ਰਹੇ ਸੀ, ਅਚਾਨਕ ਹੀ ਨਾਨਾ ਵੀ ਨਜ਼ਰ ਪਈ ਆ ਸਾਨੂੰ ਤੋਂ। ਕੀ ਹਾਲ ਆ ਨਾਨਾ? ਨਾਨਾ ਵਾਲੇ ਬੂਟਿਆਂ ਨੂੰ ਪਾਣੀ ਦੇ ਰਹੇ, ਟਮਾਟਰ ਦੇ ਬੂਟੇ ਵਗੈਰਾ ਲੱਗੇ ਹੋਏ। ਨਾਨਾ ਬੀਜ ਵਗੈਰਾ ਲਾਇਆ ਹੋਇਆ ਸੀ? ਕੀ ਉਗਾਇਆ? ਪਾਲਕ ਲਾਈ ਹੈ। ਚਲੋ ਨਾਨਾ ਬਰਕਤ ਪਾਈ। ਹਾਂਜੀ ਗਾਇਸ, ਨਾਨੋ ਮੰਮੀ ਹੋਰੀ ਹੁੱਕਾ ਹੀ ਪੀਂਦੇ ਨੇ ਤੇ ਇਹ ਵੀ ਸਾਡੀ ਨਾਨੋ ਮੰਮੀ ਆ। ਬਾਬੇ ਦਾ ਬਰਤਨ ਧੋਣ ਵਾਸਤੇ ਲਗਾਇਆ, ਆਹ ਟੈਲ ਵਗੈਰਾ ਲੱਗੀ ਹੋਈ ਆ, ਬਹੁਤ ਹੀ ਜ਼ਬਰਦਸਤ, ਬਹੁਤ ਹੀ ਮਾਸ਼ਾਅੱਲਾ ਅੱਛੀ ਲੱਗ ਰਹੀ ਆ। ਸਲੈਬਾਂ ਵਗੈਰਾ ਪਾਤੀਆਂ ਨੇ, ਜਿਹਨੂੰ ਕੰਬਲ ਆਫ ਹੋਇਆ ਗਿਆ ਤੇ ਥੋੜ੍ਹਾ ਥੋੜ੍ਹਾ ਰਗੜਾਈ ਵਗੈਰਾ ਰਹਿ ਗਿਆ। ਆਹ ਦੇਖੋ ਜ਼ਮੀਨ 'ਤੇ ਪੱਥਰ ਵਗੈਰਾ ਲੱਗ ਗਿਆ ਵਾ। ਮੈਨੂੰ ਚੀਨੀ ਦੀਆਂ ਪਲੇਟਾਂ ਬਹੁਤ ਹੀ ਅੱਛੀਆਂ ਲੱਗੀਆਂ, ਬੜੀਆਂ ਪਿਆਰੀਆਂ। ਮੈਂ ਕਿਹਾ ਚਲੋ ਆਪਾਂ ਨੀਚੇ ਚੀਜ਼ਾਂ ਲਗਾਵਾਂਗੇ, ਇੱਥੇ ਚਲੋ ਸਾਰੇ ਘਰ ਦਾ ਤੁਹਾਨੂੰ ਵਿਜ਼ਿਟ ਕਰ ਲੈਣੇ ਆ। ਦੇਖੋ ਆਹ ਵਾ ਸੇਮ, ਠੀਕ ਹੋ ਗਿਆ ਹਾਲ, ਛੋਟਾ ਜਿਹਾ ਹੁੰਦਾ ਨਾ ਹਾਲ ਛੱਡਿਆ ਹੋਇਆ ਤਾਂ ਕਿ ਮਹਿਮਾਨ ਵਗੈਰਾ ਆ ਜਾਂਦੇ ਆ, ਬੈਠ ਜਾਂਦੇ ਤੇ ਆਪਾਂ ਨੂੰ ਹੋਰ ਦਿਖਾਉਂਦੇ ਆ ਕੀ ਕੀ ਇੱਥੇ ਪਿਆ ਵਾ ਤੁਸੀਂ। ਹਾਂਜੀ ਗਾਈਸ, ਸਰੋਂ ਸਰੋਂ ਲੱਭੀ ਇੱਥੇ, ਉਹਨਾਂ ਕੱਪੜੇ 'ਚ ਸ਼ਿਫਟ ਕਰਾਇਆ, ਕਿਸੇ ਉਹਨਾਂ ਬਾਕੀ ਦਾ ਸਮਾਨ ਵਗੈਰਾ ਹਲੇ ਲੱਗਣਾ ਵਾ, ਉਹ ਸਾਹਮਣੇ ਪਿਆ ਵਾ ਅਤੇ ਇੱਥੇ ਦਾ ਸਾਨੂੰ ਹੁਣ ਵਾਸ਼ਰੂਮ ਦਾ ਵਿਜ਼ਿਟ ਕਰਾਉਂਦੇ ਹਾਂ। ਹਾਂਜੀ ਗਾਈਸ, ਕਮਰੇ ਦੇ ਨਾਲ ਵਾਸ਼ਰੂਮ ਅਟੈਚ ਹੈ, ਇੱਧਰ ਵੀ ਦਰਵਾਜ਼ਾ ਰੱਖਿਆ ਹੋਇਆ ਵਾ, ਇੱਧਰ ਵੀ ਠੀਕ ਹੋ ਗਿਆ। ਦੇਖੋ ਇੱਥੇ ਮਾਸ਼ਾ ਬਹੁਤ ਜ਼ਬਰਦਸਤ ਅੱਛਾ ਪੱਥਰ ਲੱਗਾ ਹੋਇਆ ਵਾ, ਹੁਣ ਹਲੇ ਬਸ ਟੂਟੀਆਂ ਵਗੈਰਾ ਵੈਰਿੰਗ ਵਗੈਰਾ ਹੋਏਗੀ ਅਤੇ ਚਲੋ ਸਾਨੂੰ ਹੁਣ ਇੱਕ ਚੀਜ਼ ਪਸੰਦ। ਇੱਧਰ ਮੇਰੇ ਨਾਨਾ ਨੇ ਰੱਖਿਆ ਹੋਇਆ ਵਾ ਲਸਣ, ਇਹਨਾਂ ਜਿਹੜਾ ਤੁਹਾਨੂੰ ਦੱਸਦੇ ਸੀ ਕਿ ਲਸਣ ਲਗਾਇਆ ਸੀਗਾ ਅਤੇ ਹੁਣ ਚੁੱਕਿਆ ਵਾ। ਜ਼ਿਆਦਾ ਕੋਈ ਕੁਛ ਇਸ ਕਮਰੇ 'ਚ ਰੱਖਿਆ ਹੋਇਆ, ਕੋਈ ਕਿਸੇ ਕਮਰੇ 'ਚ ਰੱਖਿਆ। ਦੇਖੋ ਮਾਸ਼ਾਅੱਲਾ ਬਹੁਤ ਹੀ ਅੱਛਾ ਵਾ, ਮੈਂ ਤੁਹਾਨੂੰ ਦਿਖਾਉਣੀ ਹੈ ਇਸ ਕੰਮ ਨੂੰ ਵੱਡੀ ਮਾਸ਼ਾਅੱਲਾ। ਹਾਂਜੀ ਗਾਇਸ, ਸਾਰਾ ਹੀ ਐਡਾ ਐਡਾ ਵਾ, ਬਹੁਤ ਹੀ ਅੱਛਾ ਵਾ, ਠੀਕ ਹੋ ਗਿਆ, ਬਹੁਤ ਜ਼ਬਰਦਸਤ। ਦੇਖੋ ਸਾਰਾ ਹੁਣ ਇੱਧਰ ਹੀ ਰੱਖਿਆ ਹੋਇਆ ਵਾ ਅਤੇ ਆਹ ਤੁਹਾਨੂੰ ਸਭ ਕੁਛ ਸਮਝਾਉਂਦੇ ਹਾਂ। ਹਾਂਜੀ ਗਾਇਸ, ਇੱਧਰ ਦੇਖੋ ਇਹ ਵੀ ਕਮਰੇ ਦੇ ਵਿੱਚ ਵਾਸ਼ਰੂਮ ਵਿੱਚ ਅਟੈਚ ਆ। ਦੇਖੋ ਪੱਥਰ ਵਗੈਰਾ ਲੱਗਾ ਹੋਇਆ ਬਹੁਤ ਜ਼ਬਰਦਸਤ। ਦੇਖੋ ਨੀਚੇ ਸੇਮ ਪੱਥਰ ਲਗਾਇਆ ਵਾ, ਉੱਪਰ ਵੀ ਸੇਮ, ਆਹ ਜਿੱਦਾਂ ਨੀਚੇ ਆ ਅਤੇ ਇੱਥੋਂ ਹੀ ਨਾ ਉੱਪਰ ਆ, ਆਹ ਥੋੜ੍ਹਾ ਚੇਂਜ ਆ, ਠੀਕ ਹੋ ਗਿਆ। ਇੱਥੇ ਬਸ ਇੱਥੋਂ ਇਹਨਾਂ ਨਿਊ ਤਰੀਕੇ ਦਾ ਅਲੱਗ ਡਿਜ਼ਾਇਨ ਦਾ ਪੱਥਰ ਲਗਾਇਆ ਵਾ। ਹਾਂਜੀ ਗਾਇਸ, ਹੁਣ ਆ ਗਿਆ ਬੈਡ 'ਚ, ਠੀਕ ਹੋ ਗਿਆ। ਬੈਡ 'ਤੇ ਦੋ ਲਸਣ ਵਗੈਰਾ ਰੱਖਿਆ ਹੋਇਆ ਵਾ, ਚਾਹੇ ਮੈਂ ਕਿਸੇ ਭੈਣ ਭਾਈ ਨੂੰ ਜ਼ਰੂਰਤ ਹੋਇਆ ਤਾਂ ਕਮੈਂਟ 'ਚ ਦੱਸ ਦਿਓ, ਰਿਜ਼ਰਵ ਕਰਕੇ ਤੁਹਾਨੂੰ ਦੇ ਦਾਂਗੇ, ਠੀਕ ਹੋ ਗਿਆ। ਦੇਖੋ ਮਾਸ਼ਾਅੱਲਾ ਬੜਾ ਹੀ ਅੱਛਾ ਵਾ, ਤਾਂ ਦੇਖੋ ਇਹ ਵਾ ਬੈਠੀ, ਆਹ ਦੇਖੋ ਜਾਰੀ ਸਭ ਕੁਛ ਨਜ਼ਰ ਆ ਰਿਹਾ, ਵਾਹ ਜ਼ਬਰਦਸਤ ਬੰਦਾ ਕੁਛ ਇੱਥੇ ਖੜਾ ਹੋ ਕੇ ਦੇਖ ਸਕਦਾ। ਬਾਰਿਸ਼ ਆਏ ਤਾਂ ਬੜਾ ਹੀ ਸਕੂਨ ਆਏ, ਠੰਡੀ ਠੰਡੀ ਆਵਾਜ਼ ਪਏ,
ਮੁਕੰਮਲ ਹੋ ਜਾਏਗਾ ਫਿਰ ਤੁਹਾਨੂੰ ਵਿਜ਼ਿਟ ਕਰਾਵਾਂਗੇ। ਦੇਖੋ ਬਹੁਤ ਹੀ ਅੱਛਾ ਜ਼ਬਰਦਸਤ। ਹਾਂਜੀ ਗਾਇਸ, ਤੁਹਾਨੂੰ ਸਭ ਕੁਝ ਦਿਖਾ ਦਿਓ, ਕਣਕਾਂ ਵਗੈਰਾ ਠੀਕ ਹੈ, ਗੰਦਾ ਵਗੈਰਾ ਘਰ ਦਾ ਵੀ ਤੁਹਾਨੂੰ ਵਿਜ਼ਿਟ ਕਰਾ ਦਿਓ। ਅੱਛਾ ਖੈਰ, ਅਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਾਈ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ, ਲਾਈਕ ਸਬਸਕ੍ਰਾਈਬ ਕਰੇ, ਤਾਂ ਖੈਰ ਵੀਡੀਓ ਬਹੁਤ ਆਉਣੀ ਆ ਮੇਰੇ ਪਿਆਰੇ ਭਾਈ ਤੱਕ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ, ਅੱਲਾ ਹਾਫਿਜ਼।